ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਟਮਜ਼ਰ ਅਕੈਡਮੀ ਦੇ ਇਸ ਆਨਲਾਈਨ ਪਲੇਟਫਾਰਮ ਉੱਪਰ। ਮੈਂ ਸਾਜਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਬੱਚੇ। ਸੋ ਗਾਈਜ, ਅੱਜ ਤੋਂ ਅਸੀਂ ਇੱਕ ਬਹੁਤ ਅੱਛੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਜੀ ਯੁੱਧਾਂ ਦਾ ਮਹਾਂਸੰਗਰਾਮ। ਅਕਸਰ ਪੇਪਰ ਦੇ ਵਿੱਚ ਯੁੱਧਾਂ ਦੇ ਨਾਲ ਰਿਲੇਟਡ ਜਾਂ ਫਿਰ ਬੈਟਲਸ ਦੇ ਨਾਲ ਰਿਲੇਟਡ, ਲੜਾਈਆਂ ਦੇ ਨਾਲ ਰਿਲੇਟਡ ਸਾਨੂੰ ਅਕਸਰ ਹੀ ਕੁਐਸਚਨ ਜਿਹੜੇ ਹੈ ਉਹ ਪੁੱਛੇ ਜਾਂਦੇ ਨੇ। ਸੋ ਏਸ਼ੀਅਨਟ ਕਾਲ ਤੋਂ ਲੈ ਕੇ ਪ੍ਰਾਚੀਨ ਭਾਰਤ ਤੋਂ ਲੈ ਕੇ ਕਿੰਨੇ ਯੁੱਧ ਹੋਏ ਨੇ, ਹਰ ਇੱਕ ਯੁੱਧ ਦੇ ਵਿੱਚ ਕੌਣ ਕਿਸਦੇ ਸਾਹਮਣੇ ਸੀਗਾ, ਕੀ ਕਾਰਨ ਰਹੇ ਸੀ ਉਸ ਯੁੱਧ ਦੇ ਵਿੱਚ, ਤੇ ਇਹ ਵਾਲੀ ਸੀਰੀਜ਼ ਬੱਚੇ ਅਸੀਂ ਤੁਹਾਡੀ ਇਹਨਾਂ ਦੇ ਨਾਲ ਰਿਲੇਟਡ ਲੈ ਕੇ ਆ ਰਹੇ ਹਾਂ ਬਈ। ਏਸ਼ੀਅਨਟ ਕਾਲ ਦੇ ਵਿੱਚ ਕਿਹੜੇ ਕਿਹੜੇ ਯੁੱਧ ਹੋਏ ਸੀਗੇ, ਫਿਰ ਮੈਡੀਵਲ ਕਾਲ ਦੇ ਵਿੱਚ ਕਿਹੜੇ ਕਿਹੜੇ ਯੁੱਧ ਹੋਏ, ਅਤੇ ਮਾਡਰਨ ਇਰਾ ਦੇ ਵਿੱਚ ਭਾਰਤ ਦੇ ਵਿੱਚ ਕਿਹੜੇ ਕਿਹੜੇ ਯੁੱਧ ਹੋਏ ਸੀਗੇ। ਕਿਉਂਕਿ ਬਈ ਦੇਖੋ, ਮਨੁੱਖੀ ਸੁਭਾਅ ਹੀ ਕੁਛ ਨਾ ਕੁਛ ਐਸਾ ਰਿਹਾ ਕਿ ਉਹ ਲੜਾਈਆਂ ਤੋਂ ਬਿਨਾ ਨਹੀਂ ਸਰ ਸਕਦਾ ਸੀਗਾ। ਤਾਂ ਇਹਨਾਂ ਲੜਾਈਆਂ ਦੇ ਨਾਲ, ਇਹਨਾਂ ਯੁੱਧਾਂ ਦੇ ਨਾਲ ਰਿਲੇਟਡ ਅਸੀਂ ਬਈ ਤੁਹਾਡੇ ਵਾਸਤੇ ਸੀਰੀਜ਼ ਲੈ ਕੇ ਆਏ ਹਾਂ, ਯੁੱਧਾਂ ਦਾ ਮਹਾਂ ਸੰਗਰਾਮ, ਜਿਹੜੀ ਕਿ ਬਈ ਐਵਰੀ ਡੇ ਰਹਿਣ ਵਾਲੀ ਹੈ। ਐਵਰੀ ਨਾਈਟ ਅਸੀਂ ਹਰ ਇੱਕ ਰਾਤ ਨੂੰ ਇੱਕ ਯੁੱਧ ਦੇ ਨਾਲ ਰਿਲੇਟਡ ਗੱਲਬਾਤ ਕਰਿਆ ਕਰਾਂਗੇ। ਸੋ ਅੱਜ ਅਸੀਂ ਬੱਚੇ ਇਸੇ ਦੇ ਨਾਲ ਰਿਲੇਟਡ ਭਾਰਤੀ ਇਤਿਹਾਸ ਦਾ ਪਹਿਲਾ ਯੁੱਧ ਦੇਖੋ ਬਈ। ਭਾਰਤੀ ਇਤਿਹਾਸ ਦਾ ਮਤਲਬ, ਭਾਵੇਂ ਕਿ ਇਸ ਯੁੱਧ ਨੂੰ ਬਹੁਤ ਸਾਰੇ ਇਤਿਹਾਸਕਾਰ ਕੀ ਕਹਿੰਦੇ ਨੇ ਕਿ ਇਹ ਇਤਿਹਾਸ ਦਾ ਯੁੱਧ ਹੈ, ਪਰ ਕਿਤੇ ਨਾ ਕਿਤੇ ਇਸਨੂੰ ਲਿਖਤੀ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦਾ ਹੈ। ਤਾਂ ਇਸੇ ਕਰਕੇ ਇਸਨੂੰ ਇਤਿਹਾਸਿਕ ਯੁੱਧ ਕਹਿਣ ਤੋਂ ਅਸੀਂ ਗੁਰੇਜ਼ ਨਹੀਂ ਕਰ ਸਕਦੇ। ਸੋ ਭਾਰਤੀ ਇਤਿਹਾਸ ਦੇ ਵਿੱਚ ਜਾਂ ਫਿਰ ਸਾਨੂੰ ਕਈ ਵਾਰ ਪੇਪਰ ਦੇ ਵਿੱਚ ਇਸੇ ਯੁੱਧ ਦੇ ਨਾਲ ਰਿਲੇਟਡ ਕਈ ਕੁਸ਼ਚਨ ਜਿਹੜੇ ਆ ਪੁੱਛ ਲਏ ਜਾਂਦੇ ਆ। ਤਾਂ ਕਿਹੜੇ ਯੁੱਧ ਦੀ ਗੱਲ ਕਰ ਰਹੇ ਹਾਂ ਜੀ? ਅਸੀਂ ਗੱਲ ਕਰ ਰਹੇ ਹਾਂ ਦਸਰਾਜ ਯੁੱਧ ਦੀ। ਠੀਕ ਹੈ ਵੀ, ਕਿਹੜੇ ਯੁੱਧ ਦੀ ਗੱਲ ਕਰ ਰਹੇ ਹਾਂ? ਤਾਂ ਦਸਰਾਜ ਯੁੱਧ ਦੀ ਗੱਲ ਕਰ ਰਹੇ ਹਾਂ, ਜਿਹੜਾ ਕਿ ਭਾਰਤੀ ਇਤਿਹਾਸ ਦਾ ਪਹਿਲਾ ਯੁੱਧ ਮੰਨਿਆ ਜਾਂਦਾ ਹੈ। ਠੀਕ ਹੈ ਵੀ, ਇਸਨੂੰ ਕੀ ਮੰਨਿਆ ਜਾਂਦਾ ਹੈ? ਤਾਂ ਇਸਨੂੰ ਬੱਚੇ ਭਾਰਤੀ ਇਤਿਹਾਸ ਦਾ ਪਹਿਲਾ ਯੁੱਧ ਮੰਨਿਆ ਜਾਂਦਾ ਹੈ। ਕਿਉਂ ਵੀ? ਕਿਉਂਕਿ ਇਸਦਾ ਜਿਹੜਾ ਉਲੇਖ ਹੈ ਇਹ ਸਾਨੂੰ ਕਿੱਥੇ ਦੇਖਣ ਨੂੰ ਮਿਲਦਾ ਹੈ, ਇਸਦਾ ਵਰਣਨ ਕਿੱਥੇ ਕੀਤਾ ਗਿਆ? ਤਾਂ ਬਈ ਜਿਹੜੀ ਸਭ ਤੋਂ ਪੁਰਾਣੀ ਪੁਸਤਕ ਹੈ ਜਾਂ ਫਿਰ ਸਭ ਤੋਂ ਪੁਰਾਣਾ ਗ੍ਰੰਥ ਹੈ, ਕਿਹੜਾ ਗ੍ਰੰਥ ਹੈ ਬਈ? ਰਿਗਵੇਦ ਹੈ। ਠੀਕ ਹੈ ਵੀ, ਰਿਗਵੇਦ ਦੇ 7ਵੇਂ ਮੰਡਲ ਦੇ ਵਿੱਚ ਇਸਦਾ ਬੱਚੇ ਜ਼ਿਕਰ ਜਿਹੜਾ ਹੈ ਉਹ ਕੀਤਾ ਹੋਇਆ। ਕਈ ਵਾਰ ਇਹ ਕੁਸ਼ਚਨ ਸਾਡੇ ਤੋਂ ਪੁੱਛ ਲਿਆ ਜਾਂਦਾ ਹੈ ਕਿ ਦਸਰਾਜ ਯੁੱਧ ਦਾ ਉਲੇਖ ਕਿੱਥੇ ਕੀਤਾ ਹੋਇਆ ਹੈ। ਤਾਂ ਦਸਰਾਜ ਯੁੱਧ ਦਾ ਉਲੇਖ ਜਿਹੜਾ ਹੈ ਬੱਚੇ, ਉਹ ਅਸੀਂ ਕਹਿ ਸਕਦੇ ਹਾਂ ਕਿ ਰਿਗਵੇਦ ਦੇ 7ਵੇਂ ਮੰਡਲ ਦੇ ਵਿੱਚ ਕੀਤਾ ਹੋਇਆ। ਬਈ ਇਹ ਭਾਰਤੀ ਇਤਿਹਾਸ ਦਾ ਸਭ ਤੋਂ ਪੁਰਾਣਾ ਕਿਉਂ ਯੁੱਧ ਮੰਨਿਆ ਗਿਆ? ਕਿਉਂਕਿ ਦੇਖੋ, ਰਿਗਵੇਦ ਕਦੋਂ ਤੋਂ ਕਦੋਂ ਤੱਕ ਚੱਲਦਾ ਹੈ, ਰਿਗਵੇਦਿਕ ਕਾਲ ਕਦੋਂ ਤੋਂ ਕਦੋਂ ਤੱਕ ਮੰਨਿਆ ਜਾਂਦਾ ਹੈ? 1500 BC ਤੋਂ ਲੈ ਕੇ 1000 BC ਤੱਕ ਇਸ ਯੁੱਧ ਦਾ ਸਮਾਂ ਜੋ ਹੈ, ਕਿਉਂਕਿ ਅਸੀਂ ਤਾਂ ਰਿਗਵੇਦ ਤੋਂ ਹੀ ਇਹ ਗੈਸ ਕਰ ਸਕਦੇ ਹਾਂ ਕਿ ਇਹ ਯੁੱਧ ਕਦੋਂ ਹੋਇਆ ਹੋਵੇਗਾ। ਤਾਂ 1500 BC ਤੋਂ ਲੈ ਕੇ 1000 BC ਦੇ ਦਰਮਿਆਨ ਬੱਚੇ ਇਸਦਾ ਟਾਈਮ ਰਿਹਾ ਸੀਗਾ। ਅਸੀਂ ਕਹਿ ਸਕਦੇ ਹਾਂ ਕਿ ਕਿਸ ਸਮੇਂ ਦੇ ਦੌਰਾਨ ਹੋਇਆ ਸੀਗਾ, 1000 BC ਤੋਂ ਲੈ ਕੇ, ਮੰਨ ਲਓ ਕਿ 1500 ਈਸਾ ਪੂਰਵ ਤੋਂ ਲੈ ਕੇ 1000 BC ਦੇ ਦਰਮਿਆਨ ਇਹ ਵਾਲਾ ਯੁੱਧ ਜਿਹੜਾ ਸੀਗਾ ਬੱਚੇ ਲੜਿਆ ਗਿਆ ਸੀਗਾ।
ਉਲੇਖ ਕਿੱਥੇ ਮਿਲਦਾ? ਰਿਗਵੇਦ ਦੇ 7ਵੇਂ ਮੰਡਲ ਦੇ ਵਿੱਚ ਮਿਲਦਾ। ਟਾਈਮ ਜਿਹੜਾ ਹੈ ਬੱਚੇ ਇਹ 1500 BC ਤੋਂ ਲੈ ਕੇ 1000 BC ਤੱਕ ਮਿਲਦਾ। ਨਾਲ ਦੀ ਨਾਲ ਪੁੱਛਿਆ ਜਾਂਦਾ ਹੁੰਦਾ ਵੀ ਸਥਾਨ ਪਲੇਸ ਕਿਹੜੇ ਸਥਾਨ ਤੇ ਲੜਿਆ ਗਿਆ ਸੀਗਾ। ਤਾਂ ਬਈ ਆਧੁਨਿਕ ਪੰਜਾਬ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ, ਪਾਕਿਸਤਾਨੀ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਿੱਥੇ ਬਈ? ਪੁਰਸ਼ਨੀ ਨਦੀ ਦੇ ਕਿਨਾਰੇ ਤੇ। ਕਿਹੜੀ ਨਦੀ ਦੇ ਕਿਨਾਰੇ ਤੇ? ਪੁਰਸ਼ਨੀ ਨਦੀ ਦੇ ਕਿਨਾਰੇ ਤੇ ਆਪਾਂ ਕਹਿ ਸਕਦੇ ਹਾਂ, ਜਿਹੜਾ ਇਸਦਾ ਆਧੁਨਿਕ ਨਾਮ ਹੈ ਬੱਚੇ, ਰਾਵੀ ਨਦੀ ਦੇ ਕਿਨਾਰੇ ਤੇ ਇਸ ਯੁੱਧ ਨੂੰ ਕੀ ਕੀਤਾ ਗਿਆ ਸੀਗਾ? ਲੜਿਆ ਗਿਆ ਸੀਗਾ। ਸਰ ਸਾਰੀਆਂ ਚੀਜ਼ਾਂ ਦੱਸਤੀਆਂ, ਉਲੇਖ ਦੱਸਤਾ ਵੀ 7ਵੇਂ ਮੰਡਲ ਦੇ ਵਿੱਚ ਹੈ, ਟਾਈਮ ਪੀਰੀਅਡ ਦੱਸਤਾ ਵੀ 1500 BC ਤੋਂ ਲੈ ਕੇ 1000 BC ਦੇ ਦਰਮਿਆਨ ਸੀਗਾ, ਸਥਾਨ ਦੱਸਤਾ ਵੀ ਪੰਜਾਬ ਅਤੇ ਪੰਜਾਬ ਦੇ ਵਿੱਚ ਪੁਰਸ਼ਨੀ ਨਦੀ ਦੇ ਕਿਨਾਰੇ ਤੇ ਹੋਇਆ ਸੀਗਾ। ਬਈ ਅੱਜ ਕੱਲ੍ਹ ਲਹਿੰਦੇ ਪੰਜਾਬ ਦੇ ਵਿੱਚ ਇਹ ਵਾਲਾ ਸਥਾਨ ਦੇਖਣ ਨੂੰ ਮਿਲਦਾ। ਹੋਇਆ ਕਿੰਨਾ ਕਿੰਨਾ ਦੇ ਵਿਚਕਾਰ ਸੀਗਾ, ਕਾਰਨ ਕੀ ਰਹੇ ਸੀਗੇ? ਤਾਂ ਬਈ ਇਹ ਕਿੰਨਾ ਕਿੰਨਾ ਦੇ ਵਿਚਕਾਰ ਹੋਇਆ ਸੀਗਾ, ਤਾਂ ਆਪਾਂ ਕਹਿ ਸਕਦੇ ਹਾਂ ਇੱਕ ਪਾਸੇ ਸੀਗਾ ਬੱਚੇ ਪੁਰੂ ਕਬੀਲਾ, ਠੀਕ ਹੈ ਬਈ। ਇੱਕ ਪਾਸੇ ਤਾਂ ਸੀਗਾ ਅਸੀਂ ਕਹਿ ਸਕਦੇ ਹਾਂ ਭਰਤ ਕਬੀਲਾ, ਠੀਕ ਹੈ, ਭਾਰਤੋ ਕਬੀਲਾ ਕਿਹਾ ਗਿਆ। ਇੱਕ ਪਾਸੇ ਕਿਹੜਾ ਸੀਗਾ? ਭਰਤ ਕਬੀਲਾ ਸੀਗਾ। ਦੂਸਰੇ ਪਾਸੇ ਆਪਾਂ ਕਹਿ ਸਕਦੇ ਹਾਂ ਪੁਰੂ ਕਬੀਲਾ ਸੀ, ਠੀਕ ਹੈ ਬਈ। ਜੇਕਰ ਕਬੀਲਿਆਂ ਦੀ ਗੱਲ ਕੀਤੀ ਜਾਵੇ ਤਾਂ ਕਬੀਲਿਆਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇੱਕ ਪਾਸੇ ਤਾਂ ਸੀਗਾ ਬੱਚੇ ਭਰਤ ਕਬੀਲਾ, ਦੂਸਰੇ ਪਾਸੇ ਸੀਗਾ ਪੁਰੂ ਕਬੀਲਾ। ਬਈ ਇਸਨੂੰ ਭਰਤ ਜਨ ਵੀ ਕਹਿ ਦਿੱਤਾ ਜਾਂਦਾ। ਇਸੇ ਭਰਤ ਜਨ ਦੇ ਨਾਮ ਤੇ ਸਾਡੇ ਪਿਆਰੇ ਭਾਰਤ ਦਾ ਨਾਮ ਜਿਹੜਾ ਬੱਚੇ ਉਹ ਕਈ ਵਾਰੀ ਕਹਿ ਦਿੱਤਾ ਜਾਂਦਾ ਕਿ ਇਸੇ ਭਰਤਾ ਜਨ ਦੇ ਨਾਮ ਤੇ ਜਿਹੜਾ ਸੀਗਾ ਭਾਰਤ ਦਾ ਨਾਮ ਜਿਹੜਾ ਸੀਗਾ ਉਹ ਕਿਹਾ ਜਾਂਦਾ। ਇਸਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਤ੍ਰਿਸ਼ੂ ਜਨ, ਠੀਕ ਹੈ ਵੀ। ਇਸਨੂੰ ਦੂਸਰਾ ਨਾਮ ਕਿਹੜਾ ਦੇ ਦਿੱਤਾ ਜਾਂਦਾ? ਤਾਂ ਤ੍ਰਿਸ਼ੂ ਜਨ ਦਾ ਨਾਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਲੈ ਦਿੱਤਾ ਜਾਂਦਾ। ਤਾਂ ਕਿੰਨਾ ਕਿੰਨਾ ਦੋ ਕਬੀਲਿਆਂ ਦੇ ਵਿਚਕਾਰ ਹੋਇਆ ਸੀ ਯੁੱਧ? ਤਾਂ ਬਈ ਉਦੋਂ ਕਬਾਇਲੀ ਲੋਕ ਸੀਗੇ, ਕੁਛ ਆਰਿਆ ਹਜੇ ਤੱਕ ਭਾਰਤ ਦੇ ਵਿੱਚ ਮੱਧ ਏਸ਼ੀਆ ਤੋਂ ਆ ਰਹੇ ਸੀਗੇ। ਤਾਂ ਇੱਕ ਪਾਸੇ ਭਰਤੂ ਕਬੀਲਾ ਸੀਗਾ, ਤ੍ਰਿਸ਼ੂ ਜਨ ਸੀਗਾ, ਦੂਸਰੇ ਪਾਸੇ ਬੱਚੇ ਪੁਰੂ ਜਨ ਸੀਗਾ। ਕਾਰਨ ਕੀ ਸੀਗਾ? ਬਈ ਕੋਈ ਵੀ ਲੜਾਈ ਹੈ ਉਸਦਾ ਕੋਈ ਨਾ ਕੋਈ ਰੀਜ਼ਨ ਹੁੰਦਾ ਹੈ, ਕਾਰਨ ਹੁੰਦਾ ਹੈ। ਤਾਂ ਇਸ ਯੁੱਧ ਦਾ ਵੀ ਕਾਰਨ ਕੀ ਸੀਗਾ? ਤਾਂ ਜਦੋਂ ਆਪਾਂ ਕਾਰਨਾਂ ਦੀ ਗੱਲ ਕਰਦੇ ਹਾਂ ਤਾਂ ਕਾਰਨ ਸੀਗਾ ਬੱਚੇ ਇੱਕ ਪੁਰੋਹਿਤ, ਠੀਕ ਹੈ। ਪਹਿਲਾਂ ਤਾਂ ਇਹ ਦੇਖੋ, ਕਾਰਨ ਤੋਂ ਪਹਿਲਾਂ ਇੱਕ ਚੀਜ਼ ਲਿਖੋ ਕਿ ਇਸਦਾ ਜਿਹੜਾ ਰਾਜਾ ਸੀਗਾ ਕੌਣ ਸੀਗਾ? ਸੁਦਾਸ। ਰਾਜੇ ਦਾ ਨਾਮ ਕੀ ਸੀਗਾ ਬੱਚੇ? ਸੁਦਾਸ ਸੀਗਾ। ਤੇ ਇੱਧਰ ਜਿਹੜਾ ਰਾਜਾ ਸੀਗਾ ਉਹ ਕੌਣ ਸੀਗਾ? ਸਵਰਨ, ਠੀਕ ਹੈ ਬਈ। ਇੱਧਰ ਜਿਹੜਾ ਰਾਜਾ ਸੀਗਾ ਉਹ ਕੌਣ ਸੀਗਾ? ਸਵਰਨ ਸੀਗਾ। ਇਸ ਸੁਦਾਸ ਨੇ ਕੀ ਕੀਤਾ ਸੀਗਾ ਬੱਚੇ? ਇਹਦਾ ਇੱਕ ਪੁਰੋਹਿਤ ਸੀਗਾ। ਪੁਰੋਹਿਤ ਮਤਲਬ ਕਿ ਸਲਾਹਕਾਰ ਸੀਗਾ। ਕੌਣ ਸੀਗਾ? ਵਿਸ਼ਵਾਮਿੱਤਰ। ਪੁਰੋਹਿਤ ਦਾ ਨਾਮ ਕੀ ਸੀਗਾ? ਵਿਸ਼ਵਾਮਿੱਤਰ ਬੱਚੇ ਇਹਨਾਂ ਦਾ ਪੁਰੋਹਿਤ ਸੀਗਾ, ਇਹਨਾਂ ਦਾ ਸਲਾਹਕਾਰ ਸੀਗਾ। ਸੁਦਾਸ ਜਿਹੜਾ ਸੀਗਾ ਬੱਚੇ ਉਹ ਕੀ ਕਰਦਾ ਹੈ? ਇਸ ਵਿਸ਼ਵਾਮਿੱਤਰ ਨੂੰ ਉਸ ਦੇ ਪਦ ਤੋਂ ਹਟਾ ਦਿੰਦਾ। ਮਤਲਬ ਕਿ ਇਸਨੂੰ ਕੀ ਕਰਦਾ ਬੱਚੇ? ਅਸੀਂ ਕਹਿ ਸਕਦੇ ਹਾਂ ਕਿ ਇਸਨੂੰ ਕਿਤੇ ਨਾ ਕਿਤੇ ਇਸ ਦੇ ਪਦ ਤੋਂ ਉਤਾਰ ਦਿੰਦਾ। ਕਾਰਨ ਦੇਖੋ ਬਈ, ਕਾਰਨ ਕਰ ਰਹੇ ਹਾਂ ਆਪਾਂ ਇੱਥੇ। ਕਾਰਨ ਕੀ ਸੀਗਾ? ਤਾਂ ਦਸਰਾਜ ਯੁੱਧ ਦਾ ਕਾਰਨ ਕੀ ਸੀਗਾ? ਜਿਹੜਾ ਵਿਸ਼ਵਾਮਿੱਤਰ ਸੀਗਾ, ਪੁਰੋਹਿਤ ਸੀਗਾ ਬੱਚੇ,
ਇਸ ਨੂੰ ਕੌਣ ਗੱਦੀ ਤੋਂ ਉਤਾਰ ਦਿੰਦਾ ਹੈ? ਸੁਦਾਸ ਉਤਾਰ ਦਿੰਦਾ ਹੈ। ਹੁਣ ਇਹ ਜਿਹੜਾ ਵਿਸ਼ਵਾਮਿੱਤਰ ਸੀਗਾ ਕਿਹਦੇ ਕੋਲ ਜਾਏਗਾ? ਸਵਰਨਾ ਦੇ ਕੋਲ ਜਾਏਗਾ, ਸਵਰਨ ਦੇ ਕੋਲ ਜਾਏਗਾ। ਫਿਰ ਇਸ ਵਿਸ਼ਵਾਮਿੱਤਰ ਦੀ ਜਗ੍ਹਾ ਤੇ ਕਿਹਨੂੰ ਆਪਣਾ ਪੁਰੋਹਿਤ ਬਣਾਇਆ ਗਿਆ? ਤਾਂ ਬੱਚੇ ਆਪਾਂ ਕਹਿ ਸਕਦੇ ਹਾਂ ਰਿਸ਼ੀ ਵਸ਼ਿਸ਼ਠ ਨੂੰ। ਠੀਕ ਹੈ ਵੀ, ਕਿਹਨੂੰ ਆਪਣਾ ਰਿਸ਼ੀ ਬਣਾ ਦਿੱਤਾ ਗਿਆ ਸੀਗਾ? ਤਾਂ ਰਿਸ਼ੀ ਵਸ਼ਿਸ਼ਠ ਨੂੰ ਬੱਚੇ ਬਣਾ ਦਿੱਤਾ ਗਿਆ ਸੀਗਾ, ਇਸ ਨੂੰ ਉਤਾਰ ਦਿੱਤਾ ਗਿਆ ਸੀਗਾ। ਤਾਂ ਕਈ ਵਾਰ ਇਹ ਵੀ ਕੁਐਸਚਨ ਜਿਹੜਾ ਹੈ ਬੱਚੇ ਅਕਸਰ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਹੈ ਕਿ ਸੁਦਾਸ ਦਾ ਪੁਰੋਹਿਤ ਕੌਣ ਸੀਗਾ? ਵਸ਼ਿਸ਼ਠ ਸੀਗਾ। ਪਹਿਲਾਂ ਤਾਂ ਵਿਸ਼ਵਾਮਿੱਤਰ ਸੀਗਾ, ਵਿਸ਼ਵਾਮਿੱਤਰ ਫਿਰ ਕਿਹਨਾਂ ਦੇ ਕੋਲ ਚਲਾ ਗਿਆ? ਵਿਸ਼ਵਾਮਿੱਤਰ ਬੱਚੇ ਪੁਰੂ ਜਨ ਦੇ ਕੋਲ ਚਲਾ ਗਿਆ ਸੀਗਾ। ਕਿਉਂ? ਕਿਉਂਕਿ ਇਸ ਨੂੰ ਕੀ ਕੀਤਾ ਗਿਆ ਸੀਗਾ? ਗੱਦੀ ਤੋਂ ਉਤਾਰ ਦਿੱਤਾ ਗਿਆ ਸੀਗਾ। ਹੁਣ ਇਹ ਜਿਹੜਾ ਵਿਸ਼ਵਾਮਿੱਤਰ ਹੈ ਨਾ ਬੱਚੇ, ਇਹ ਜਾ ਕੇ ਸਵਰਨ ਨੂੰ ਕੀ ਕਹੇਗਾ ਕਿ ਜੇਕਰ ਤੂੰ ਸ਼ਤਰੀਆ ਹੈ, ਜੇਕਰ ਤੂੰ ਰਾਜਾ ਹੈ, ਤਾਂ ਕੀ ਕਰੇਗਾ? ਮੇਰੇ ਅਪਮਾਨ ਦਾ ਬਦਲਾ ਲਏਗਾ। ਇਸੇ ਕਰਕੇ ਬੱਚੇ ਜਿਹੜਾ ਇਹ ਸਵਰਨ ਸੀਗਾ, ਇਸਨੂੰ ਪਤਾ ਸੀਗਾ ਕਿ ਇਕੱਲਾ ਮੈਂ ਕੀ ਨਹੀਂ ਕਰ ਸਕਦਾ, ਸੁਦਾਸ ਦਾ ਮੁਕਾਬਲਾ ਜਿਹੜਾ ਹੈ ਉਹ ਨਹੀਂ ਕਰ ਸਕਦਾ। ਇਸੇ ਕਰਕੇ ਬੱਚੇ ਸਵਰਨ ਕੀ ਕਰੇਗਾ? ਪੰਜ ਆਰਿਆ ਕਬੀਲਿਆਂ ਨੂੰ, ਕਿੰਨੇ ਆਰਿਆ ਕਬੀਲਿਆਂ ਨੂੰ ਇਕੱਠਾ ਕਰੇਗਾ? ਤਾਂ ਪੰਜ ਆਰਿਆ ਕਬੀਲਿਆਂ ਨੂੰ ਇਕੱਠਾ ਕਰੇਗਾ, ਪੰਜ ਅਨਾਰਿਆ ਕਬੀਲਿਆਂ ਨੂੰ। ਅਨਾਰਿਆਂ ਦਾ ਮਤਲਬ ਜਿਹੜੇ ਬੱਚੇ ਭਾਰਤ ਦੇ ਮੂਲ ਨਿਵਾਸੀ ਸੀਗੇ, ਕਿਉਂਕਿ ਕੁਛ ਇਤਿਹਾਸਕਾਰਾਂ ਦਾ ਮੰਨਣਾ ਹੈ ਜਿਵੇਂ ਕਿ ਮੈਕਸ ਮੁੱਲਰ ਹੈ, ਉਹ ਸਾਰੇ ਕਹਿੰਦੇ ਆ ਕਿ ਆਰਿਆ ਜਿਹੜੇ ਸੀਗੇ ਵਿਦੇਸ਼ ਤੋਂ ਆਏ ਸੀਗੇ। ਤਾਂ ਪੰਜ ਆਰਿਆ ਕਬੀਲਿਆਂ ਨੂੰ ਇਕੱਠਾ ਕਰੇਗਾ, ਪੰਜ ਕਿਹਨਾਂ ਨੂੰ ਇਕੱਠਾ ਕਰੇਗਾ? ਪੰਜ ਅਨਾਰਿਆ ਕਬੀਲਿਆਂ ਨੂੰ ਇਕੱਠਾ ਕਰੇਗਾ। ਇਹਨਾਂ ਕਬੀਲਿਆਂ ਨੂੰ ਇਕੱਠਾ ਕਰਕੇ ਬੱਚੇ ਕੌਣ ਸਵਰਨ ਸਵਰਨ ਕੀ ਕਰੇਗਾ? ਬੱਚੇ ਕਿਤੇ ਨਾ ਕਿਤੇ ਸੁਦਾਸ ਦੇ ਉੱਪਰ ਹਮਲਾ ਕਰੇਗਾ। ਠੀਕ ਹੈ ਬਈ, ਸੁਦਾਸ ਵਰਸਿਸ ਸਵਰਨ। ਠੀਕ ਹੈ ਬਈ, ਇੱਧਰ ਕਿੰਨੇ ਜਨ ਸੀਗੇ? 10 ਜਨ ਸੀਗੇ। ਇਸੇ ਕਰਕੇ ਇਸਨੂੰ ਦਸਰਾਜ ਯੁੱਧ ਵੀ ਕਹਿ ਦਿੱਤਾ ਜਾਂਦਾ ਹੈ। ਦਸਰਾਜ ਦਾ ਮਤਲਬ 10 ਰਾਜਿਆਂ ਦਾ ਯੁੱਧ। ਇਹ ਕਿੱਥੇ ਹੋਇਆ ਸੀਗਾ, ਦੋਨਾਂ ਦੇ ਵਿੱਚ ਯੁੱਧ ਕਿੱਥੇ ਹੋਇਆ? ਤਾਂ ਰਾਵੀ ਨਦੀ ਦੇ ਕਿਨਾਰੇ ਤੇ ਬੱਚੇ ਇਹ ਯੁੱਧ ਲੜਿਆ ਗਿਆ ਸੀਗਾ। ਕਿਹਾ ਜਾਂਦਾ ਕਿ ਇਸ ਯੁੱਧ ਦੇ ਵਿੱਚ ਵਾਨ ਕੌਣ ਹੋਇਆ ਸੀਗਾ, ਜਿੱਤ ਕਿਸਨੂੰ ਪ੍ਰਾਪਤ ਹੋਈ ਸੀਗੀ? ਸੁਦਾਸ ਜਿਹੜਾ ਸੀਗਾ ਬੱਚੇ ਇਸ ਯੁੱਧ ਦੇ ਵਿੱਚ ਜਿੱਤ ਗਿਆ ਸੀਗਾ, ਸਵਰਨ ਜਿਹੜਾ ਸੀਗਾ ਬੱਚੇ ਇਸ ਯੁੱਧ ਦੇ ਵਿੱਚ ਹਾਰ ਗਿਆ ਸੀਗਾ, 10 ਕਬੀਲੇ ਵੀ ਕਿਤੇ ਨਾ ਕਿਤੇ ਹਾਰ ਗਏ ਸੀਗੇ। ਇਸ ਤਰੀਕੇ ਦੇ ਨਾਲ ਬੱਚੇ ਭਾਰਤ ਦਾ ਪਹਿਲਾ ਜਿਹੜਾ ਯੁੱਧ ਹੈ ਉਹ ਕਿਹੜਾ ਯੁੱਧ ਸੀਗਾ? ਤਾਂ ਇਹੀ ਦਸਰਾਜ ਯੁੱਧ ਸੀਗਾ। ਇਸੇ ਤਰੀਕੇ ਦੀਆਂ ਹੋਰ ਇਨਫੋਰਮੇਟਿਵ ਵੀਡੀਓ ਦੇ ਵਾਸਤੇ ਤੁਸੀਂ ਸਾਡਾ ਬੱਚੇ ਜਿਹੜਾ ਚੈਨਲ ਹੈ ਟੈਟ ਬਜ਼ਰ ਅਕੈਡਮੀ, ਉਸਨੂੰ ਲਾਈਕ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ। ਐਵਰੀ ਡੇ ਬੱਚੇ, ਹਰ ਦਿਨ ਅਸੀਂ ਕੀ ਹੈ ਤੁਹਾਡੇ ਵਾਸਤੇ ਇਸ ਤਰੀਕੇ ਦੇ ਯੁੱਧਾਂ ਦੇ ਨਾਲ ਰਿਲੇਟਡ, ਬਈ ਭਾਵੇਂ ਉਹ ਪੁਰਾਤਨ ਕਾਲ ਦੇ ਯੁੱਧ ਸੀਗੇ, ਭਾਵੇਂ ਏਸ਼ੀਅਨ ਕਾਲ ਦੇ ਯੁੱਧ ਸੀਗੇ, ਮੈਡੀਵਲ ਕਾਲ ਦੇ ਯੁੱਧ ਸੀਗੇ, ਮਾਡਰਨ ਕਾਲ ਦੇ ਯੁੱਧ ਸੀਗੇ, ਹਰ ਦਿਨ ਬੱਚੇ ਅਸੀਂ ਇੱਕ ਲੜੀਵਾਰ ਦੇ ਵਿੱਚ ਇਹ ਵਾਲੇ ਯੁੱਧ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ। ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਟੈਕ ਬਜ਼ਰ ਅਕੈਡਮੀ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ।